ਬਾਬਤ ਵੀ ਉਸ ਜਾਨਵਰ ਨੂੰ ਦੇਖਿਆ ਕਰੋ ਕਿ ਇਹਦੇ ਵਿੱਚ ਕੀ ਖੂਬੀਆਂ ਨੇ, ਕੀ ਖਾਮੀਆਂ ਨੇ। ਮਾਲਕ ਤੋਂ ਵੀਡੀਓ ਮੰਗਵਾਇਆ ਕਰੋ, ਬਾਰ ਬਾਰ ਮੰਗਵਾਇਆ ਕਰੋ, ਕਿਉਂਕਿ ਤੁਸੀਂ ਪੈਸੇ ਦੇਣੇ ਪੈਣੇ। ਇਸ ਲਈ ਮੇਰੀ ਉਹਨਾਂ ਦੀ ਰਿਕੁਐਸਟ ਹੈ ਕਿ ਪੂਰੀ ਜਾਣਕਾਰੀ ਤੋਂ ਬਾਅਦ ਜਾਨਵਰ ਨੂੰ ਖਰੀਦਿਆ ਕਰੋ, ਤਾਂ ਕਿ ਤੁਹਾਡੇ ਨਾਲ ਕੋਈ ਧੋਖਾ ਨਾ ਹੋ ਜਾਵੇ, ਕੋਈ ਫਰਾਡ ਨਾ ਹੋ ਜਾਵੇ। ਖਾਲੀ ਮੇਰੀ ਗੱਲ ਦੇ ਉੱਤੇ ਤੁਸੀਂ ਨਾ ਲਿਆ ਜਾਓ। ਅਤੇ ਇਹ ਜਨਾਬ ਮੈਂ ਰਿਕੁਐਸਟ ਕਰਨੀ ਸੀ, ਜੋ ਵੀ ਲੈਣ ਦੇਣ ਤੁਹਾਡਾ ਮਾਲਕ ਨਾਲ ਹੋਵੇ, ਅਤੇ ਉਹ ਜ਼ਰੂਰ ਤੁਸੀਂ ਜਿਹੜਾ ਉਹਦੇ ਨਾਲ ਬੜੀ ਇਹਤਿਆਤ ਬਣ ਲਿਆ ਕਰੋ, ਪਰਮਿਸ਼ਨ ਲਿਆ ਕਰੋ, ਮਸ਼ਵਰਾ ਕਰਿਆ ਕਰੋ, ਜਾਨਵਰ ਦੀ ਵੀਡੀਓ ਉਹਨਾਂ ਕੋਲੋਂ ਮੰਗਵਾਇਆ ਕਰੋ, ਦੇਖਿਆ ਕਰੋ, ਸਲਾਹ ਕਰਿਆ ਕਰੋ, ਫਿਰ ਉਸ ਤੋਂ ਬਾਅਦ ਜਾਨਵਰ ਲਿਆ ਕਰੋ। ਕਿਉਂਕਿ ਬੜੇ ਦੋਸਤ ਜਿਹੜੇ ਨੇ ਕਹਿੰਦੇ ਨੇ ਕਿ ਬਾਬਾ ਜੀ ਸਾਡਾ ਫਰਾਡ ਹੋ ਗਿਆ, ਸਾਡੇ ਨਾਲ ਉਹ ਹੋ ਗਿਆ, ਸਾਡੇ ਜਾਨਵਰ ਉਹ ਜਾਂ ਨਹੀਂ ਸੀ, ਹਾਈਟ ਜਿਹੜੀ ਇਹ ਇੰਨੀ ਨਹੀਂ ਸੀ, ਇੰਨੀ ਸੀ, ਥੋੜ੍ਹੇ ਜਿਹਾ ਆਹ ਖੂਬੀ ਸੀ, ਆਹ ਖਾਮੀ ਸੀ। ਇਸ ਲਈ ਹੰਬਲ ਮਿਜ਼ਾਜੀ ਨਾਲ ਔਰ ਪੂਰੀ ਜਾਣਕਾਰੀ ਤੋਂ ਬਾਅਦ ਜਾਨਵਰ ਦੀ ਖਰੀਦ ਕਰਿਆ ਕਰੋ। ਲਓ ਜਨਾਬ, ਮਾਸ਼ਾਅੱਲਾ ਅੱਜ ਜਨਾਬ ਅਸੀਂ ਮੌਜੂਦ ਹੈਗੇ ਹਾਂ। ਚਲੋ ਜੀ ਜੀ, ਅਸਲਾਮ ਅਲੈਕੁਮ ਜਨਾਬ। ਅੱਜ ਜਨਾਬ ਤੁਹਾਡੀ ਫਰਮਾਇਸ਼ ਦੇ ਉੱਤੇ ਮਾਸ਼ਾਅੱਲਾ ਘੋੜਾ ਇੱਕ ਦੇਖਣ ਵਾਸਤੇ ਆਏ ਹਾਂ। ਪਹਿਲੇ ਲੋਕੇਸ਼ਨ ਤੁਹਾਨੂੰ ਦੱਸ ਦੇਣਾ ਕਿ ਲੋਕੇਸ਼ਨ ਇਹ ਸਿਆਲਕੋਟ ਲੰਗੜਿਆਲ ਇਹ ਇਲਾਕਾ ਹੈ, ਔਰ ਬਾਕੀ ਜਿਹੜੀ ਮਜ਼ੀਦ ਜਿਹੜੀ ਤਫਸੀਲ ਦੀ ਡਿਟੇਲ ਹੈ ਉਹ ਵੀ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਪਹਿਲਾਂ ਜ਼ਰਾ ਤੁਹਾਨੂੰ ਘੋੜਾ ਦਿਖਾ ਦੇਈਏ। ਘੋੜਾ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਜੇ, ਬਹੁਤ ਖੂਬਸੂਰਤ ਔਰ ਹੈਲਥੀ ਮਜ਼ਬੂਤ ਅਜਜ਼ਾਵਾਂ ਦਾ ਘੋੜਾ ਹੈਗਾ, ਅਤੇ ਡਬਲ ਬਾਡੀ ਦਾ ਘੋੜਾ ਹੈ ਔਰ ਚਾਲਬਾਜ਼ ਹੈਗਾ। ਔਰ ਇਹ ਮਾਸ਼ਾਅੱਲਾ ਉਹਨਾਂ ਦੋਸਤਾਂ ਵਾਸਤੇ ਜਿਹੜੇ ਕਿ ਇਹ ਜਨਾਬ ਚਾਲਬਾਜ਼ ਘੋੜਾ ਰੱਖਣਾ ਚਾਹੁੰਦੇ ਨੇ, ਕਿਉਂਕਿ ਦੇਖੋ ਇਹ ਕੈਟਾਗਰੀ ਹੁੰਦੀ ਘੋੜਿਆਂ ਦੀ, ਦੌੜ ਵਾਲੇ, ਰੇਸ ਵਾਲੇ, ਚਾਲਬਾਜ਼, ਇਹ ਘੋੜਿਆਂ ਦੇ ਫਨ ਨੇ ਆਪਣੇ ਆਪਣੇ ਜਿਹੜੇ ਕਿ ਸਿਖਾਏ ਵੀ ਜਾਂਦੇ ਨੇ। ਅਤੇ ਜਨਾਬ ਇਹ ਘੋੜਾ ਇਸ ਵਕਤ ਜਿਹੜਾ ਤੁਹਾਨੂੰ ਦਿਖਾ ਰਿਹਾ ਇਹ ਚਾਲਬਾਜ਼ ਘੋੜਾ ਹੈ ਔਰ ਇਹ ਫੋਰ ਸੇਲ ਹੈ। ਮਗਰ ਫੋਰ ਸੇਲ ਇਸ ਵਾਸਤੇ ਨਹੀਂ ਹੈ ਕਿ ਕੋਈ ਇਹਦੇ 'ਚ ਕੋਈ ਐਪ ਹੈ ਜਾਂ ਕੋਈ ਇਸ ਤਰ੍ਹਾਂ ਦੀ ਪੋਜੀਸ਼ਨ ਹੈ, ਮਗਰ ਸਿਰਫ ਕਿਉਂ ਵੇਚਿਆ ਜਾ ਰਿਹਾ ਇਹ ਵੀ ਇਨਸ਼ਾਅੱਲਾ ਅੱਗੇ ਵੀਡੀਓ ਦੇ ਵਿੱਚ ਜਾ ਕੇ ਤੁਹਾਡੇ ਨਾਲ ਡਿਸਕਸ ਕਰਾਂਗੇ। ਅਤੇ ਜਨਾਬ ਪਹਿਲੇ ਤੁਹਾਨੂੰ ਘੋੜਾ ਦਿਖਾ ਦੇਈਏ, ਘੋੜਾ ਅੱਗੇ ਤੁਸੀਂ ਦੇਖ ਵੀ ਲਿਆ, ਮਜ਼ੀਦ ਜਿਹੜਾ ਮਾਸ਼ਾਅੱਲਾ ਘੋੜਾ ਤੁਹਾਨੂੰ ਦਿਖਾ ਦਿੰਦੇ ਹਾਂ ਅੱਗੋਂ ਪਿੱਛੋਂ ਮੁਕੰਮਲ ਤੌਰ ਦੇ ਉੱਤੇ। ਮਾਸ਼ਾਅੱਲਾ ਕੰਨ ਕਨੌਤੀਆਂ ਵੀ ਤੁਸੀਂ ਦੇਖ ਸਕਦੇ ਜੇ, ਔਰ ਇਹਦਾ ਜਿਹੜਾ ਖਲੋਣ ਦਾ ਸਟਾਈਲ ਉਹ ਵੀ ਤੁਸੀਂ ਵੇਖ ਸਕਦੇ ਜੇ। ਮੱਥੇ ਦੇ ਉੱਤੇ ਸਫੇਦ ਪੱਟੀ ਔਰ ਪਿਛਲਾ ਪੈਰ ਜਿਹੜਾ ਇੱਕ ਸਫੇਦ ਹੈਗਾ ਜੀ ਤੋਤਾ। ਬਾਕੀ ਮਾਸ਼ਾਅੱਲਾ ਬਹੁਤ ਕਮਾਲ ਚੀਜ਼ ਹੈ, ਅੱਛੀ ਚੀਜ਼ ਹੈਗੀ ਹੈ। ਔਰ ਜਿਹੜੇ ਦੋਸਤ ਅੱਛੀ ਚੀਜ਼ ਜਨਾਬ ਖਰੀਦਣਾ ਚਾਹੁੰਦੇ ਨੇ ਔਰ ਵਾਕਿਆ ਉਹ ਸ਼ੌਕ ਵੀ ਪੂਰਾ ਕਰਨਾ ਚਾਹੁੰਦੇ ਨੇ, ਤਾਂ ਜਨਾਬ ਮਾਸ਼ਾਅੱਲਾ ਅੱਛੀ ਚੀਜ਼ ਹੈ। ਅਤੇ ਤੁਸੀਂ ਜਿਹੜਾ ਇਹ ਵਿਜ਼ਿਟ ਵੀ ਕਰ ਸਕਦੇ ਜੇ, ਔਰ ਲੋਕੇਸ਼ਨ ਵੀ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਤਾਂ ਕਿ ਤੁਸੀਂ ਐਗਜ਼ੈਕਟ ਲੋਕੇਸ਼ਨ ਦੇ ਉੱਤੇ ਵੀ ਪਹੁੰਚ ਸਕੋ। ਅਤੇ ਅਗਰ ਕੋਈ ਦੋਸਤ ਸਿਆਲਕੋਟ ਦਾ ਹੀ ਕੋਈ ਦੋਸਤ ਦੇਖਦਾ ਹੈ ਵੀਡੀਓ, ਔਰ ਤੁਹਾਨੂੰ ਪਤਾ ਹੈ ਕਿ ਸਿਆਲਕੋਟ ਵੀ ਮਾਸ਼ਾਅੱਲਾ ਬਹੁਤ ਸ਼ੌਕੀਨ ਨੇ, ਬੜੇ ਅੱਛੇ ਅੱਛੇ ਨਾਮੀ ਗ੍ਰਾਮੀ ਘੋੜੇ ਇੱਥੇ ਜਿਹੜੇ ਨੇ ਉਹ ਹੈ ਨੇ, ਔਰ ਲੋਕ ਆਪਣਾ ਆਪਣਾ ਸ਼ੌਕ ਜਨਾਬ ਪੂਰਾ ਕਰ ਰਹੇ ਨੇ, ਉਹਨਾਂ ਵਾਸਤੇ ਵੀ ਮਾਸ਼ਾਅੱਲਾ ਅੱਛੀ ਔਫਰ ਹੈ। ਔਰ ਇੰਨੇ ਖਰਚੇ ਬਚਣ ਦੀ ਵੀ ਉਹ
अच्छी चीज़ है कि अगर तुसी दूरों लेंदे जे तो खर्चे भी पैंदे ने, जे अगर इत्थों लवोंगे तो वह भी तुहानू बेनीफिट है। तो जनाब ये घोड़ा सियालकोट के अंदर ही है और इनकी वीडियो अगे जाके तुहाडे नाल शेयर करांगे जोड़ के भी, और खाली घोड़ा फॉर सेल है। तो ये जनाब माशाल्लाह जी इस वक्त जवान, ये जनाब इनकी उम्र जरा दस्या जी की हो गई है? अच्छा सफरी घोड़ा कोई है नहीं, एक दो मील पिंड सफर का नहीं, दस बारह मील पिंड घोड़ा सफरी घोड़ा वे लम्बे लंबी यानी जड़ी मर्जी ली तो पा दो इन्हें टुराया जाना, पा दो जिस तरह की मर्जी तुम टुराई लो गे इंशाल्लाह पास है। प्योर असली नसली घोड़ा वे ये कन करूंबिया देख लो, नासा देख लो, मत्था देख लो, अख देख लो, पैर छाती बाडी देख लो घोड़े की, बेहतरीन घोड़ा वे ए किसी किस्म की शुका शुभा नहीं। साहू देख लो कि एडा घोड़ा गर्म होने के बावजूद एडा साहू है, जिसे मर्जी हाथ रख के खलोरो जो मर्जी पे करो किन्ने का साहू है, हर चीज़ दलेर नहीं बहादुर नहीं, रंग अच्छा रंग बादशाह ही इंशाला जोड़ा भी खड़ेगा साढ़ू भरा साढ़ा याद करेगा जी बिस्मिल्ला। तो लो जनाब माशाला जोड़ा घोड़ा हूँ जोड़ रहे हैं, साज वगैरह भी पाया जा रहा है और ये भी वीडियो माशाला तो शेयर करा कि हो स कई दोस्त कहते हैं कि जनाब घोड़ा साध नहीं पवाना, कड़ियाला नहीं पवाना, ऐनक नहीं पवाना, और जिस तरह माशाल्लाह वो बिल्कुल सील साउ खलोता है और प्योर कट जड़ा ब्लैक मुश्का ये है जी मुश्का फुल ब्लैक और माशाल्लाह बड़े शौक नाल जनाब रखे हुआ है। तो अच्छा वीर जी तुसी दस रहे सी यो गल मैं याद आ गई कि तुसी दस रहे सी कि जिन्हां दा शौक है तुहानू नहीं शौक है घोड़े दा? नहीं सानू ते इस चीज़ दा पता नहीं, ते जिन्हां दा शौक है ते ओह बाहर चला गया है। अच्छा ते ओह दी वजह तों फिर जरा सानू इहनू बेचना पै गया, बाकी जानवर अच्छा ही बेचण वाला नहीं है, लेकिन इस चीज़ दा सानू पता ही नहीं है, ना समझ दा पता है दा सानू। ते ये माशाल्लाह होर भी मैं देख रहा भी काफ़ी शौक किए हुए ने, वेखो माशाल्लाह बकरे भी खड़े हुए ने, इधर मच्छा गावां भी खलोती हुई ने। तो अपना जो बेसिक जो शौक है सलामत रखे जी। हाँ। शौक जो मैं कहना भी चलो ठीक है, जो बंदा आंदा वापस आंदा तो उदो शौक फिर पूरा हो जाता है। उन्नी देर हूं एक नवा बंदा देखो जी घोड़े नूं संभालना कोई सौखी गल नहीं, क्योंकि पता ही नहीं लगता घोड़े के बारे दे विच घर मेरा ख्याल होर किसी भी नहीं भाई या किसी बिलकुल ठीक। अपने को मझा है माशाल्लाह ਕਿਹੜੇ ਕਿਹੜੇ ਕੋਈ ਅੱਛੀ ਨਸਲ ਦੀਆਂ ਵੀ ਹੈਗੀਆਂ ਜੇ ਮੱਝਾਂ ਸਾਰੀਆਂ? ਹਾਂ ਬਿਲਕੁਲ ਨੀਲੀ ਦੀਆਂ ਵੀ ਵਿੱਚ ਹੈ ਨੇ, ਰਾਵੀ ਦੀਆਂ ਵੀ ਨੇ। ਅੱਛਾ ਤੇ ਹੋਰ ਦੋ ਚਾਰ ਨਸਲਾਂ ਦੀਆਂ ਨੇ? ਬਿਲਕੁਲ ਠੀਕ ਇਹ ਸਾਡਾ ਸ਼ੌਕ ਅਸਲ ਦੇ ਸ਼ੌਕ ਇਹ ਹੀ ਹੈ ਤੇ ਉਹ ਉਹਦੇ ਸ਼ੌਕੀ ਤੌਰ ਤੇ ਲਿਆਂਦਾ ਸੀ ਤੇ ਉਹ ਫਿਰ ਜ਼ਾਹਿਰ ਹੋ ਚਲਾ ਗਿਆ ਤੇ ਫਿਰ ਸਾਨੂੰ ਤੇ ਨਹੀਂ ਨਹੀਂ ਉਹ ਤੁਹਾਡੀ ਗੱਲ ਠੀਕ ਹੈਗੀ ਹੈ ਕਿ ਇੱਕ ਜਿਹਨੂੰ ਪਤਾ ਹੀ ਨਹੀਂ ਹੈਗਾ ਤੇ ਉਹਨੂੰ ਫਿਰ ਇੱਕ ਘੋੜੇ ਦਾ ਕਰਨਾ ਬੜਾ ਮੁਸ਼ਕਲ ਇਹ ਪੈਂਡਾ ਹੋ ਜਾਂਦਾ ਤੇ ਅੱਛੀ ਗੱਲ ਹੈ ਉਹ ਜਦੋਂ ਆਣਗੇ ਵਾਪਸ ਅੱਲਾ ਖੈਰੀ ਸਲਾਮਤੀ ਆਵੇ ਜੀ ਤੇ ਫਿਰ ਬੰਦਾ ਲੈ ਲੈਂਦਾ ਤੇ ਇਹ ਪੀੜੀ ਪੂੜੀ ਜਿਹੜੀ ਆ ਫਿਰ ਤੁਸੀਂ ਰੱਖ ਲਵੋਗੇ? ਹਾਂ ਬਿਲਕੁਲ ਹੈ ਤੇ ਫਿਰ ਉਹ ਆ ਕੇ ਵੀ ਆਪਣਾ ਸ਼ੌਕ ਕਰ ਲੈਂਦੇ। ਠੀਕ ਹੋ ਗਿਆ ਤੇ ਲੋ ਜਨਾਬ ਮਾਸ਼ਾਅੱਲਾ ਤੁਸੀਂ ਗੱਲਬਾਤ ਵੀ ਦੋਸਤਾਂ ਦੀ ਵੀਰਾਂ ਦੀ ਸੁਣੀ ਹੈ ਗੱਲਬਾਤ ਤੇ ਇਹ ਘੋੜਾ ਹੁਣ ਜਿਹੜਾ ਨਾ ਮਾਸ਼ਾਅੱਲਾ ਜੁਪ ਰਿਹਾ ਔਰ ਇਹਦੀ ਜਿਹੜੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਨਾਬ। ਉਹਨੇ ਕਾਲੇ ਰਾਵਾਂ ਰੋਡ ਟੁੱਟਿਆ ਵਿੱਚੋਂ ਜਾ ਰਿਹਾ ਹੈ, ਮਨੀ ਸ਼ੇਤਾ ਦਾ ਰੋਡ ਜਿਹੜਾ ਬਿਲਕੁਲ ਸਾਫ ਹੈ। माशाल्लाह तुसी देख सकते जी जी के किस तरह घोड़ा अपनी जगह दे उत्ते खड़ा है और बिल्कुल कोई भी वो जी आदत जिमें होंगी है घोड़िया की, हालांकि देखा भी घोड़ा सुनिया भी है भी घोड़े ज़्यादा तंग करते हैं, लेकिन ये घोड़ा इस तरह ही खड़ा जिमें मझां खड़िया हुई ने इस तरह ही घोड़ा खड़ोता।
सज्जे पासे करो सज्जे पासे कीमत होगी ना फाइनल फाइनल कह लो फाइनल कीमत होगी सी 4 लाख रुपया डिमांड है बाकी खुद विजिट करना चाहो तो जनाब सारे दोस्तों विजिट भी कर सकते जाके खुद देखो अपनी तसली करो बाबे की गल ना जाओ ना भाई की गल जाओ देखो चीज तुहाडे सामने चलती भी नजर आ रही है फिरती भी नजर आ रही है और तुसी खुद विजिट करो जानवर तुसी लेना आओ विजिट करो अच्छा लगे तो बिस्मिल्ला तो जे अच्छा ना लगे तो ना लो गल हकीकत वाली है और डिमांड तुहानू दस दित्ती है तुहाडे कहण तो बावजूद मैं गल कर रहा जिहड़ी तुसी आके करनी उही मैं कर रहा तो ये जनाब हैगे ने अपने दिल मनी की गल हुंदी है तो जनाब असी बहुत शुक्रगुजार हाँ इन्हां दे भी सानू इन्हां दे खिदमत दा मौका दित्ता जी कि विजिट कीता और दोस्तां वास्ते जनाब अच्छे तो अच्छे तो जानवर तलाश करन दे विच जिहड़ी चल रही है ये रूटीन इंशाल्लाह इस तरह जारी रहेगी तो ये जनाब 4 लाख रुपया कर रहे हैं इन्हें विच मजीद असी रिक्वेस्ट करांगे कि कमी पेशी होर कर लेंगे तो जनाब नंबर अपना जरा शेयर कर दिओ नंबर 0308
बहुत शुक्रिया जनाब तुहाडा तुसी खिदमत दा मौका दिता है और जिहड़े दोस्त वेखते पए ने इह साडे चैनल नूं भी जनाब तुसी सबसक्राइब कर दिया जे ते अगर तुहाडे कोल भी कोई चीज़ है कोई जानवर सेल करना चाहो जनाब तुसी जरूर सानू खिदमत दा मौका दिया जे। इजाजत चाहने जनाब इंशाल्लाह फिर मुलाकात होगी। अल्लाह हाफिज़। फी माना।